इंडिया 2008 दे विच चंद्रयान मिशन 1 दे नाल चंद दे उपर उतरन वाला दुनिया दा चौथा देश बन गया सी, पर उसदे 11 सालां बाद वर्ल्ड रिकॉर्ड बनाउण दे लई इंडिया 22 जुलाई 2019 नूं चंद दे साउथ पोल दे उपर लैंड करन वाला दुनिया दा पहला देश बनना चाहुंदा सी। इस तो पहला चंद के उपर अमरीका, चाइना ते रशिया सक्सैसफुली लैंड कर चुके ने, पर इन्हां दे विचों कोई भी चंद के साउथ पोल के उपर नहीं जा सकया। पर इंडिया की 11 साल की मेहनत से उस समय पानी फिर गया जो 3.5 लाख किलोमीटर का सफर चंद्रयान 2 ने बहुत सक्सैसफुली पूरा कर लिया। पर चंद के उपर लैंड कर तो सिर्फ 2.1 किलोमीटर पहला ही इस चंद्रयान 2 का संपर्क इसरो के नालों टुट गया। पर हुण 4 साल बाद इसरो फिर तो रेडी है चंद्रयान 3 के नाल अपने अधूरे मिशन ज कही अपने अधूरे सुपने पूरा करने के लिए। इन्हां 4 सालां दे विच काफी कुछ बदल गया है, पर हुण तक भी कोई दूजा देश चंद दे उपर नहीं जा सकया। इसलिए जेकर चंद्रयान 3 सक्सैसफुल रहिंदा है तां इंडिया दुनिया दा पहला देश बन जावेगा चंद दे साउथ पोल दे उपर लैंड करन वाला। अज दी इस वीडियो दे विच असीं चंद्रयान 3 दे बारे पूरी डिटेल दे विच गल करांगे, सो वीडियो नूं लास्ट तक जरूर देखना। चंद्रयान 2 दे नालों इसरो दा संपर्क 6 सितंबर 2019 नूं टुट गया सी ते इस दे 20 दिनां बाद चंद्रयान 2 दा मलबा चंद दी सतह दे उत्ते इन्हां नूं दूर दूर तक खिंडिया होया मिलिया ते हुण चंद्रयान 3 लॉन्च हो चुक्या है सतीश धवन स्पेस सेंटर हरिकोटा दे विचों 14 जुलाई वाले दिन। इस मिशन दे उपर चंद्रयान 3 दा सब तो पहला काम है चंद दी सतह दे उपर सेफ्टी दे नाल लैंड करना, पर अजिहा करना काफी ज्यादा रिस्की होवेगा क्योंकि 2019 दे विच भी चंद्रयान 2 लैंडिंग दे समय ही क्रैश होया सी ते 2019 दे विच इजराइल ने भी अपना स्पेस क्राफ्ट चंद दे उपर भेजा सी ते ओह भी क्रैश हो गया सी ते इस साल ही जापान ने चंद दे उपर हकूको लैंडर भी भेजा सी, ओह भी क्रैश हो गया। इसलिए चंद दे उपर सफलतापूर्वक लैंड करके इंडिया इन्हां सारे देशां दे विचों अगे लंघना ਚਾਹੁੰਦਾ ਹੈ। ਚੰਦਰਯਾਨ 3 ਜਦੋਂ ਸਫਲਤਾਪੂਰਵਕ ਚੰਦ ਦੇ ਉੱਪਰ ਲੈਂਡ ਕਰ ਜਾਵੇਗਾ ਤਾਂ ਇਸ ਦਾ ਮੂਨ ਲੈਂਡਰ ਖੁੱਲੇਗਾ, ਇਸ ਦੇ ਅੰਦਰੋਂ ਇੱਕ ਰੋਵਰ ਜਾਂ ਕਹੀਏ ਇੱਕ ਰੋਬੋਟ ਨਿਕਲੇਗਾ ਜਿਹੜਾ ਚੰਦ ਦੀ ਸਤ੍ਹਾ ਦੇ ਉੱਪਰ ਉਤਰੇਗਾ ਤੇ ਇਹ ਰੋਵਰ ਚੰਦ ਦੀ ਸਤ੍ਹਾ ਜਾਂ ਕਹੀਏ ਚੰਦ ਦੇ ਸਰਫਸ ਨੂੰ ਚੰਗੀ ਤਰ੍ਹਾਂ ਦੇ ਨਾਲ ਐਕਸਪਲੋਰ ਕਰੇਗਾ ਤੇ ਨਵੀਂ ਰਿਸਰਚ ਕਰੇਗਾ। ਇੰਡੀਆ ਦਾ ਚਾਹੇ ਚੰਦਰਯਾਨ 2 ਮਿਸ਼ਨ ਫੇਲ ਹੋ ਗਿਆ ਸੀ, ਪਰ ਇਸ ਤੋਂ ਹੀ ਔਖਾ ਇੱਕ ਇੰਡੀਆ ਨੇ ਮਿਸ਼ਨ ਹੋਰ ਕੀਤਾ ਹੈ, ਉਹ ਹੈ ਮੰਗਲਯਾਨ ਦਾ, ਜਿਸ ਨੂੰ 2013 ਦੇ ਵਿੱਚ ਇਸਰੋ ਨੇ ਲਾਂਚ ਕੀਤਾ ਸੀ ਤੇ ਉਹਨਾਂ ਨੇ ਇਹ ਮਿਸ਼ਨ ਨੂੰ ਸਕਸੈਸਫੁਲੀ ਕੰਪਲੀਟ ਵੀ ਕੀਤਾ ਸੀ, ਜਦਕਿ ਚੰਦ ਤੋਂ ਧਰਤੀ ਦੀ ਦੂਰੀ 3,84,440 ਕਿਲੋਮੀਟਰ ਹੈ, ਜਦਕਿ ਮੰਗਲਯਾਨ ਮਿਸ਼ਨ ਦੇ ਵਿੱਚ ਇਹ ਦੂਰੀ 65 ਕਰੋੜ ਕਿਲੋਮੀਟਰ ਸੀ ਤੇ ਅਜਿਹੇ ਮਿਸ਼ਨ ਨੂੰ ਪਹਿਲੀ ਵਾਰ ਦੇ ਵਿੱਚ ਹੀ ਸਕਸੈਸਫੁਲੀ ਕਰਨ ਵਾਲਾ ਇੰਡੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਸ ਤਰ੍ਹਾਂ ਦੇ ਮਿਸ਼ਨ ਦੇ ਵਿੱਚ ਦੂਜੇ ਦੇਸ਼ਾਂ ਦੇ ਕਾਫੀ ਜ਼ਿਆਦਾ ਪੈਸੇ ਖਰਚ ਹੁੰਦੇ ਨੇ, ਪਰ ਇੰਡੀਆ ਦੀ ਸਪੇਸ ਏਜੰਸੀ ਇਸਰੋ ਅਜਿਹੇ ਮਿਸ਼ਨ ਨੂੰ ਬਹੁਤ ਘੱਟ ਪੈਸਿਆਂ ਦੇ ਵਿੱਚ ਕਰ ਲੈਂਦੀ ਹੈ। ਇਸਰੋ ਨੇ ਮੰਗਲਯਾਨ ਮਿਸ਼ਨ ਦੇ ਵਿੱਚ ਮੰਗਲਯਾਨ ਨੂੰ ਸਿਰਫ 470 ਕਰੋੜ ਰੁਪਏ ਖਰਚ ਕਰਕੇ ਹੀ ਮੰਗਲ ਗ੍ਰਹਿ ਦੇ ਉੱਪਰ ਪਹੁੰਚਾ ਦਿੱਤਾ ਸੀ। 470 ਕਰੋੜ ਸੁਣਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਲੱਗਦੇ ਨੇ, ਪਰ 65 ਕਰੋੜ ਕਿਲੋਮੀਟਰ ਦੂਰ ਜਾਣ ਦੇ ਲਈ ਇਹ ਰਕਮ ਕਾਫੀ ਜ਼ਿਆਦਾ ਘੱਟ ਹੈ। ਜੇਕਰ ਇਸ ਨੂੰ ਕਨਵਰਟ ਕਰਕੇ ਦੇਖਿਆ ਜਾਵੇ ਤਾਂ ਮੰਗਲਯਾਨ ਨੇ ਆਪਣੇ 1 ਕਿਲੋਮੀਟਰ ਦੇ ਲਈ ਸਿਰਫ 7 ਰੁਪਏ ਖਰਚ ਕੀਤੇ ਨੇ, ਜਦਕਿ ਇਹ ਰਕਮ ਇੱਕ ਆਟੋ ਰਿਕਸ਼ੇ ਦੇ ਕਿਰਾਏ ਦੇ ਨਾਲੋਂ ਵੀ ਘੱਟ ਹੈ। ਚੰਦਰਯਾਨ 2 ਜਿਹੜਾ ਮਿਸ਼ਨ ਫੇਲ ਹੋ ਗਿਆ ਸੀ ਉਸ ਦੇ ਉੱਪਰ ਵੀ ਇਸਰੋ ਨੇ 800 ਕਰੋੜ ਖਰਚ ਕੀਤੇ ਸਨ ਤੇ ਇਸ ਵਾਰ ਚੰਦਰਯਾਨ 3 ਦੇ ਉੱਪਰ ਉਸ ਤੋਂ ਵੀ ਘੱਟ, ਜਾਣੀ ਕਿ ਸਿਰਫ 610 ਕਰੋੜ ਦਾ ਹੀ ਖਰਚਾ ਆਇਆ ਹੈ। ਹੁਣ ਤੁਹਾਨੂੰ ਦੱਸ ਦਿਆਂ ਕਿ ਚੰਦਰਯਾਨ 2 ਅਤੇ ਚੰਦਰਯਾਨ 3 ਦੇ ਵਿੱਚ ਕੀ ਫਰਕ ਹੈ। ਚੰਦਰਯਾਨ 2 ਦੇ ਵਿੱਚ 3 ਚੀਜ਼ਾਂ ਸਨ, ਉਸ ਦੀ ਪਹਿਲੀ ਚੀਜ਼ ਸੀ ਆਰਬਿਟਰ ਜਿਹੜਾ ਚੰਦ ਦੇ ਆਰਬਿਟ ਦੇ ਵਿੱਚ ਜਾ ਕੇ ਉਸ ਦੇ ਚੱਕਰ ਲਗਾਉਣ ਵਾਲਾ ਸੀ, ਇੱਕ ਲੈਂਡਰ ਸੀ ਜਿਸ ਨੇ ਚੰਦ ਦੇ ਸਰਫਸ ਦੇ ਉੱਪਰ ਲੈਂਡ ਕਰਨਾ ਸੀ ਤੇ ਇਸ ਦੇ ਅੰਦਰ ਇੱਕ ਰੋਵਰ ਸੀ ਜਿਸ ਨੇ ਚੰਦ ਦੀ ਸਤ੍ਹਾ ਦੇ ਉੱਪਰ ਚੱਲ ਕੇ ਖੋਜਾਂ ਕਰਨੀਆਂ ਸਨ। ਚੰਦਰਯਾਨ 2 ਦੇ ਲੈਂਡ ਕਰਦੇ ਸਮੇਂ ਇਸ ਦਾ ਲੈਂਡਰ ਤੇ ਇਸ ਦਾ ਰੋਵਰ ਟੁੱਟ ਗਿਆ ਸੀ, ਪਰ ਇਸ ਦਾ ਆਰਬਿਟਰ ਸਫਲਤਾਪੂਰਵਕ ਚੰਦ ਦੇ ਆਰਬਿਟ ਦੇ ਵਿੱਚ ਸੈੱਟ ਹੋ ਗਿਆ ਸੀ ਤੇ ਇਸ ਦਾ ਸੰਪਰਕ ਅੱਜ ਵੀ ਇਸਰੋ ਦੇ ਨਾਲ ਬਣਿਆ ਹੋਇਆ ਹੈ ਤੇ ਅੱਜ ਵੀ ਇਹ ਨਵੀਆਂ ਜਾਣਕਾਰੀਆਂ ਇਸਰੋ ਨੂੰ ਭੇਜ ਰਿਹਾ ਹੈ। ਇਸ ਲਈ ਚੰਦਰਯਾਨ 3 ਦੇ ਲਈ ਕੋਈ ਨਵਾਂ ਆਰਬਿਟਰ ਨਹੀਂ ਬਣਾਇਆ ਗਿਆ ਕਿਉਂਕਿ ਚੰਦਰਯਾਨ 2 ਦਾ ਆਰਬਿਟਰ ਹੀ ਇਸ ਦਾ ਕੰਮ ਕਰ ਦੇਵੇਗਾ ਤੇ ਚੰਦਰਯਾਨ 3 ਦੇ ਵਿੱਚ ਸਿਰਫ 2 ਚੀਜ਼ਾਂ ਨੇ, ਲੈਂਡਰ ਤੇ ਰੋਵਰ। ਚੰਦਰਯਾਨ 3 ਜਿੱਥੇ ਉਤਰੇਗਾ ਚੰਦ ਦੇ ਜਾਨੀ ਕਿ ਸਾਊਥ ਪੋਲ ਦੇ ਉੱਤੇ, ਉਹ ਕਾਫੀ ਖਤਰਨਾਕ ਜਗ੍ਹਾ ਹੈ ਕਿਉਂਕਿ ਚੰਦ ਦੀ ਇਹ ਸਤ੍ਹਾ ਤੇ ਸੂਰਜ ਦੀ ਬਿਲਕੁਲ ਵੀ ਰੋਸ਼ਨੀ ਨਹੀਂ ਪੈਂਦੀ। ਇੱਥੋਂ ਦਾ ਤਾਪਮਾਨ -166 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ ਤੇ ਚੰਦ ਦੇ ਸਾਊਥ ਪੋਲ ਦੇ ਉੱਪਰ ਇੰਨਾ ਜ਼ਿਆਦਾ ਹਨੇਰਾ ਹੋਣ ਦੇ ਕਾਰਨ ਇਹ ਵੀ ਸਾਫ਼ ਨਹੀਂ ਹੈ ਕਿ ਉੱਥੋਂ ਦੀ ਸਤ੍ਹਾ ਕਿਹੋ ਜਿਹੀ ਹੈ ਜਿੱਥੇ ਚੰਦਰਯਾਨ 3 ਉਤਰੇਗਾ ਤੇ ਇੱਥੇ ਕੋਈ ਲਿਕੁਇਡ ਜਾਂ ਕਹੀਏ ਕੋਈ ਤਰਲਤਾ ਮੌਜੂਦ ਨਹੀਂ। ਅੰਦਾਜ਼ੇ ਦੇ ਮੁਤਾਬਕ ਇੱਥੇ ਹਾਈਡਰੋਜਨ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਤੇ ਇਸ ਦੇ ਕਾਰਨ ਹੀ ਇੱਥੇ ਲੱਖਾਂ ਟਨ ਜੰਮਿਆ ਹੋਇਆ ਪਾਣੀ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਬਿਨਾਂ ਸਿਲਵਰ, ਅਮੋਨੀਆ, ਮਰਕਰੀ ਅਤੇ ਸੋਡੀਅਮ ਜਿਹੇ ਐਲੀਮੈਂਟ ਵੀ ਇੱਥੇ ਹੋ ਸਕਦੇ ਨੇ। ਚੰਦਰਯਾਨ 3 ਨੂੰ ਚੰਦ ਤੱਕ ਲੈ ਕੇ ਜਾਵੇਗਾ ਇਸਰੋ ਦਾ LVM3 ਯਾਨੀ ਕਿ ਮਾਰਕ 3 ਲਾਂਚ ਵਹੀਕਲ। ਇਸ ਨੂੰ ਇੰਡੀਆ ਦੇ ਵਿੱਚ ਹੀ ਬਣਾਇਆ ਗਿਆ ਹੈ। ਚੰਦ ਦੇ ਉੱਪਰ ਜਿਹੜਾ ਰੋਵਰ ਚੱਲੇਗਾ ਇਸ ਦੇ ਵਿੱਚ 6 ਟਾਇਰ ਲੱਗੇ ਹੋਏ ਨੇ, ਇਸ ਦੇ ਵਿੱਚ ਨੈਵੀਗੇਸ਼ਨ ਡਿਵਾਈਸ ਅਤੇ ਕੈਮਰੇ ਲੱਗੇ ਹੋਏ ਨੇ। ਇਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਇਹ ਚੰਦ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤਸਵੀਰਾਂ ਖਿੱਚੇਗਾ, ਜਦਕਿ ਜਿਹੜਾ ਇਹ ਰੋਵਰ ਹੈ ਜਿਸ ਲੈਂਡਰ ਦੇ ਜ਼ਰੀਏ ਚੰਦ ਦੇ ਉੱਪਰ ਪਹੁੰਚੇਗਾ ਇਸ ਦੇ ਟਾਇਰ ਨਹੀਂ ਲੱਗੇ ਹੋਏ, ਇਸ ਦੇ 4 ਲੱਤਾਂ ਲੱਗੀਆਂ ਹੋਈਆਂ ਨੇ ਇਸ ਦੇ ਲੈਂਡਰ ਦੇ, ਜਿਸ ਦੇ ਕਾਰਨ ਜਦੋਂ ਇਹ ਲੈਂਡਰ ਚੰਦ ਦੀ
सतह के उपर लैंड करेगा तो इस दे विचों ये रोवर निकल के अड हो जाएगा, पर इसका संपर्क लैंडर दे नाल हमेशा बनिया रहेगा। सौखे शब्दों के विच कहिए तो लैंडर एक मेन स्टेशन की तरह काम करेगा। हुण सवाल यह उठता है कि ईसरो इस लैंडर दे नाल संपर्क किस तरह बनाएगा। सब तो पहला रोवर अपना सिग्नल चंद के उपर मौजूद अपने लैंडर नूं भेजेगा, तो फिर यह लैंडर उही सिग्नल नूं IDNS यानी कि इंडियन डीप स्पेस नैटवर्क नूं भेजेगा। इत्थों यह वड्डे वड्डे एंटीने ईसरो दे स्पेस दे विच भेजे गए स्पेस क्राफ्ट दे नाल संपर्क बनाएंगे। इस जी थोड़ी जी जानकारी चंद्रयान 2 और चंद्रयान 3 के बारे। जेकर तुसीं चंद्रयान 2 बारे जानकारी चाहते हो कि वह मिशन किस तरह फेल होया सी तां कमेंट करके जरूर दसना, असीं कोशिश करांगे उस दे उपर एक पूरी डिटेल दे विच वीडियो बनाउण दी। बाकी तुहानूं साडी इह वीडियो किस तरह दी लगी कमेंट करके जरूर दसना, ते साडे YouTube दे चैनल जो टीवी नूं सबसक्राइब करना। धन्यवाद।